ਐਕਸਪ੍ਰੈਸ ਵੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ 7 ਲੋਕਾਂ ਦੀ ਥਾਂ ਹੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ। ਦੱਸਿਆ ਜਾ ਰਿਹਾ ਹੈ ਕਿ 2 ਕਾਰਾਂ ਦੀ ਇੱਥੇ ਆਮੋ ਸਾਹਮਣੇ ਜ਼ੋਰਦਾਰ ਟੱਕਰ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਹੋਈ ਹੈ ਕਿ ਦੋਨੋਂ ਕਾਰਾਂ ਦੇ ਪੁਰਜੇ ਦੂਰ ਦੂਰ ਤੱਕ ਸੜਕ ਤੇ ਖਿਲਰ ਗਏ ਨੇ ਤੇ ਕਾਰਾਂ 'ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਹੈ। ਥਾਏ ਹੀ ਜਾਨ ਨਿਕਲ ਗਈ ਇਹਨਾਂ ਦੀ, ਜਦਕਿ 5 ਲੋਕ ਗੰਭੀਰ ਜ਼ਖਮੀ ਨੇ ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਜੋ ਪੈਟਰੋਲ ਪਵਾ ਕੇ ਗਲਤ ਸਾਈਡ ਤੋਂ ਆ ਰਹੀ ਸੀ ਤਾਂ ਸਾਹਮਣਿਓ ਆਉਂਦੀ ਇੱਕ ਕਾਰ ਦੇ ਨਾਲ ਜ਼ੋਰ ਨਾਲ ਟਕਰਾਉਂਦੀ ਹੈ। ਦੋਨਾਂ ਕਾਰਾਂ ਦੀ ਇੰਨੀ ਜ਼ਬਰਦਸਤ ਟੱਕਰ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਸਵਾਰ ਲੋਕ ਵੀ ਬਾਹਰ ਡਿੱਗ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ 7 ਲੋਕਾਂ ਦੀ ਤਾਂ ਮੌਤ ਹੋ ਗਈ ਹੈ। 5 ਲੋਕ ਜਿਹੜੇ ਨੇ ਉਹ ਜ਼ਖਮੀ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ ਤੇ ਇਹਨਾਂ ਦੇ ਵਿੱਚੋਂ ਵੀ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਮਹਾਰਾਸ਼ਟਰ ਦੇ ਜਲਾਨਾ 'ਚ ਸਮ੍ਰਿੱਧੀ ਐਕਸਪ੍ਰੈਸ ਵੇ ਤੇ ਵਾਪਰਿਆ ਹੈ, ਜਿੱਥੇ ਆਮੋ ਸਾਹਮਣੇ 2 ਕਾਰਾਂ ਟਕਰਾਈਆਂ ਨੇ। ਜ਼ੋਰਦਾਰ ਟੱਕਰ ਹੋਈ ਹੈ ਤੇ ਇਹਨਾਂ ਦੇ ਵਿੱਚ ਸਵਾਰ ਲੋਕਾਂ ਦੇ ਵਿੱਚੋਂ 7 ਦੀ ਮੌਤ ਹੋ ਗਈ ਹੈ, 5 ਲੋਕ ਜ਼ਖਮੀ ਨੇ। ਇਹ ਸਵਿਫਟ ਕਾਰ ਦੱਸੀ ਜਾ ਰਹੀ ਹੈ ਜੋ ਪੈਟਰੋਲ ਭਰਵਾ ਕੇ ਰੋਂਗ ਸਾਈਡ ਤੋਂ ਆ ਰਹੀ ਸੀ ਤੇ ਹਾਈਵੇ ਤੇ ਚੜ੍ਹੀ ਤਾਂ ਸਾਹਮਣੇ ਆਈ ਇੱਕ ਤੇਜ਼ ਰਫ਼ਤਾਰ ਕਾਰ ਦੇ ਨਾਲ ਟੱਕਰ ਹੋ ਗਈ। ਦੋਨਾਂ ਦੀ ਹੀ ਜ਼ੋਰਦਾਰ ਟੱਕਰ ਹੋਈ ਹੈ ਜਿਸ ਕਰਕੇ ਹਾਦਸਾ ਵਾਪਰਿਆ ਹੈ। ਦੂਰ ਦੂਰ ਸੜਕ ਤੇ ਗੱਡੀਆਂ ਦੇ ਪੁਰਜੇ ਖਿਲਰੇ ਹੋਏ ਨਜ਼ਰ ਆਏ ਨੇ। ਹਾਦਸਾ ਦੇਖਣ ਵਾਲਿਆਂ ਦੀ ਵੀ ਰੂਹ ਕੰਬ ਗਈ। ਇੱਥੇ ਮ੍ਰਿਤਕਾਂ ਦੇ ਘਰਾਂ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।